ਗੰਦਗੀ ਦਾ ਘਰ ਬਣਿਆ ਅੰਮ੍ਰਿਤਸਰ ਦਾ ਗੁਰੂ ਨਾਨਕ ਦੇਵ ਹਸਪਤਾਲ। ਹਸਪਤਾਲ ਦੇ ਚਾਰੇ ਪਾਸੇ ਅਤੇ ਅੰਦਰ ਵੀ ਲੱਗੇ ਗੰਦਗੀ ਦੇ ਢੇਰ। ਮਰੀਜ਼ਾਂ ਦੇ ਨਾਲ ਆਉਣ ਵਾਲੇ ਤੰਦਰੁਸਤ ਲੋਕ ਵੀ ਬਣ ਰਹੇ ਨੇ ਮਰੀਜ਼। ਪ੍ਰਸ਼ਾਸਨ ਅਤੇ ਡਾਕਟਰੀ ਸਟਾਫ ਸੁੱਤਾ ਹੈ ਕੁੰਭਕਰਨੀ ਨੀਂਦ। ਜੀ ਹਾਂ, ਇਹ ਗੰਦਗੀ ਦੀਆਂ ਤਸਵੀਰਾਂ ਕਿਸੇ ਕੂੜੇ ਦੇ ਢੇਰ, ਡੰਪ ਜਾਂ ਖੰਡਰ ਇਮਾਰਤ ਦੀਆਂ ਨਹੀਂ ਨੇ, ਬਲਕਿ ਇਹ ਹੈ ਅੰਮ੍ਰਿਤਸਰ ਸ਼ਹਿਰ ਦਾ ਗੁਰੂ ਨਾਨਕ ਦੇਵ ਹਸਪਤਾਲ, ਜਿਹੜਾ ਕਿ ਇਨ੍ਹੀਂ ਦਿਨੀ ਮਰੀਜ਼ਾਂ ਲਈ ਮੌਤ ਦਾ ਖੂਹ ਅਤੇ ਤੰਦਰੁਸਤ ਲੋਕਾਂ ਨੂੰ ਮਰੀਜ਼ ਬਣਾਉਣ 'ਚ ਕੋਈ ਕਸਰ ਨਹੀਂ ਛੱਡ ਰਿਹਾ। ਕੀ ਬਾਥਰੂਮ, ਕੀ ਕਮਰੇ, ਕੀ ਕੰਧਾਂ, ਹਰ ਪਾਸੇ ਗੰਦਗੀ ਹੀ ਗੰਦਗੀ ਨਜ਼ਰ ਆਉਂਦੀ ਹੈ। ਇਸ ਹਸਪਤਾਲ ਤੋਂ ਮਰੀਜ਼ਾਂ ਨੂੰ ਰਾਹਤ ਦਿਵਾਉਣ ਲਈ ਸਾਂਝੀ ਛਾਂ ਨਾਂ ਦੀ ਇੱਕ ਸਮਾਜ ਸੇਵੀ ਸੰਸਥਾ ਨੇ ਬੀੜਾ ਚੁੱਕਿਆ, ਜਿਨ੍ਹਾਂ ਨੇ ਜਿੱਥੇ ਇਸ ਹਸਪਤਾਲ ਦੀ ਹਾਲਤ ਲਈ ਕੈਂਡਲ ਮਾਰਚ ਕੀਤਾ, ਉੱਥੇ ਨਾਲ ਹੀ ਸਰਕਾਰ ਅਤੇ ਪ੍ਰਸ਼ਾਸਨ ਦੇ ਅਵੇਸਲੇਪਣ ਨੂੰ ਵੀ ਜੱਗ ਜ਼ਾਹਿਰ ਕੀਤਾ। ਇਸ ਕਰਕੇ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਕਿ ਬੱਚਿਆਂ ਦੇ ਅਤੇ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਨਾ ਕੀਤਾ ਜਾਵੇ, ਇੱਥੋਂ ਦੇ ਬਣਦੇ ਪ੍ਰਬੰਧ ਸਹੀ ਕੀਤੇ ਜਾਣ। ਸਰਕਾਰ ਕੋਲ ਅਸੀਂ ਮੰਗ ਕਰਦੇ ਹਾਂ, ਇੱਥੋਂ ਦੀ ਮਸ਼ੀਨਰੀ ਡੱਡ ਆ ਜੀ, ਲੋਕਾਂ ਨੂੰ ਪ੍ਰਾਈਵੇਟ ਬਾਹਰ ਲੈਬੋਰਟਰੀਆਂ 'ਤੇ ਟੈਸਟ ਕਰਾਉਣ ਵਾਸਤੇ ਭੇਜ ਦਿੱਤਾ ਜਾਂਦਾ, ਐਕਸਰਾ ਮਸ਼ੀਨ ਇੱਥੇ ਪਈ ਆ ਪਰ ਉਹਦਾ ਯੂਜ਼ ਨਹੀਂ ਕੀਤਾ ਜਾਂਦਾ, ਲੋਕਾਂ ਨੂੰ ਬਾਹਰ ਭੇਜਿਆ ਜਾਂਦਾ ਟੈਸਟ ਕਰਾਉਣ ਲਈ। ਇੱਥੋਂ ਦਾ ਪਾਣੀ ਦਾ ਪ੍ਰਬੰਧ ਨਹੀਂ ਹੈਗਾ, ਇੱਥੇ ਡਿਸਪੈਂਸਰੀ ਨਹੀਂ ਹੈਗੀ, ਫਾਰਮੇਸੀ ਇੱਕ ਬਾਹਰ ਹੈ ਰੈੱਡ ਕ੍ਰੋਸ ਦੀ, ਉਹਦੇ 'ਤੇ ਦਵਾਈਆਂ ਪੂਰੀਆਂ ਨਹੀਂ ਮਿਲਦੀਆਂ। ਅਸੀਂ ਚਾਹੁੰਦੇ ਹਾਂ ਕਿ ਇੱਥੇ ਹਰ ਫਲੋਰ ਦੇ ਉੱਤੇ ਫਾਰਮੇਸੀ ਹੋਵੇ, ਜਿੰਨੇ ਚਿਰ ਨੂੰ ਲੋਕ ਥੱਲੇ ਦਵਾਈ ਲੈਣ ਜਾਂਦੇ ਆ ਉਨੇ ਚਿਰ ਨੂੰ ਮਰੀਜ਼ ਨੂੰ ਕਿਸ ਤਰ੍ਹਾਂ ਦਾ ਵੀ ਭਾਣਾ ਵਾਪਰ ਸਕਦਾ। ਇਸ ਸੰਬੰਧੀ ਜਦੋਂ ਕਾਂਗਰਸ ਦੀ ਪੰਜਾਬ ਮਹਿਲਾ ਪ੍ਰਧਾਨ ਮਮਤਾ ਦੱਤਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸਰਕਾਰ ਅਜੇ ਨਵੀਂ ਹੈ, ਜਿਸ ਨੂੰ ਥੋੜ੍ਹਾ ਟਾਈਮ ਜ਼ਰੂਰ ਲੱਗੇਗਾ, ਪਰ ਹਸਪਤਾਲ ਦੀ ਇਸ ਮਾੜੀ ਹਾਲਤ ਨੂੰ ਜ਼ਰੂਰ ਸੁਧਾਰਿਆ ਜਾਵੇਗਾ। ਸਾਡੀ ਸਰਕਾਰ ਜਦੋਂ ਦੀ ਆਈ ਹੈ ਬਹੁਤ ਕੁਛ ਕਰ ਰਹੀ ਹੈ, ਹਲੇ ਹਰ ਚੀਜ਼ ਨੂੰ ਟਾਈਮ ਤਾਂ ਥੋੜ੍ਹਾ ਲੱਗਦਾ ਹੀ ਹੈ। ਜਿਹੜਾ ਸਾਨੂੰ ਇਹਨਾਂ ਨੇ ਮੈਮੋਰੈਂਡਮ ਦਿੱਤਾ ਹੈ, ਅਸੀਂ ਪਹਿਲ ਦੇ ਆਧਾਰ 'ਤੇ ਆਪਣੇ ਮੁੱਖ ਮੰਤਰੀ ਸਾਹਿਬ ਕੋਲ ਲੈ ਕੇ ਜਾਵਾਂਗੇ। ਪਰ ਹੁਣ ਸਵਾਲ ਇਹ ਖੜ੍ਹੇ ਹੁੰਦੇ ਨੇ ਕਿ ਕਈ ਸਾਲਾਂ ਤੋਂ ਹਸਪਤਾਲ ਵੱਲ ਪਹਿਲੀ ਸਰਕਾਰ ਨੇ ਵੀ ਧਿਆਨ ਕਿਉਂ ਨਹੀਂ ਦਿੱਤਾ, ਉਦੋਂ ਦੀ ਡਾਕਟਰਾਂ ਵੱਲੋਂ ਵੀ ਆਵਾਜ਼ ਕਿਉਂ ਨਾ ਉਠਾਈ ਗਈ। ਸਰਕਾਰਾਂ ਦੀ ਲਾਪਰਵਾਹੀ ਦਾ ਨਤੀਜਾ ਆਮ ਲੋਕਾਂ ਨੂੰ ਹੁਣ ਵੀ ਭੁਗਤਣਾ ਪਿਆ। ਬਿਊਰੋ ਰਿਪੋਰਟ, ਸਪੋਕਸਮੈਨ ਟੀਵੀ।